ਕੰਗਨਾ ਜੀ ਕੀ ਕਰਦੇ ਪਏ ਨੇ? ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤ ਹਰਚੰਦ ਸਿੰਘ। ਗੱਲ ਐਮਰਜੈਂਸੀ ਦੀ ਚੱਲ ਰਹੀ ਹੈ, ਉਹ ਖਾਲਿਸਤਾਨ ਬਣਾ ਰਹੀ ਹੈ। ਕਿਉਂ? ਸਿੱਖਾਂ ਨੂੰ ਐਂਟੀ ਨੈਸ਼ਨਲ ਪੇਂਟ ਕਰਨ ਲਈ। ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ, ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ, ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸਦੇ। ਮੈਂ ਰਾਤ ਵੀ ਕਿਹਾ, ਮੈਂ ਅੱਜ ਵੀ ਕਹਿੰਦਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਵੀ ਖਾਲਿਸਤਾਨ ਨਹੀਂ ਸੀ ਮੰਗਿਆ, ਸ਼੍ਰੋਮਣੀ ਅਕਾਲੀ ਦਲ ਵਾਂਗੂ। ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ, ਆਨੰਦਪੁਰ ਦਾ ਮਤਾ ਸੀ। ਪਰ ਹਾਂ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਊ, ਅਸੀਂ ਨਾਂ ਨਹੀਂ ਕਹਿੰਦੇ। ਕੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਦਾ ਕਿ ਬੀਬਾ, ਚੱਕਣ ਵਾਲੇ ਬਹੁਤ ਹੁੰਦੇ ਨੇ, ਬਲਦੀ 'ਚ ਫਿਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ, ਤੇਲ ਪਾਉਣ ਵਾਲੇ ਆਉਣਗੇ। ਹਿਸਟਰੀ ਪੜ੍ਹ, ਐਮਰਜੈਂਸੀ ਦੀ ਬੈਕਗਰਾਊਂਡ ਦੇਖ, ਐਮਰਜੈਂਸੀ ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇਖ। ਜੇ ਫਿਲਮ ਦਾ ਨਾਂ ਐਮਰਜੈਂਸੀ ਰੱਖਣਾ ਤਾਂ ਐਮਰਜੈਂਸੀ ਕਿਹੜੇ ਹਾਲਤਾਂ 'ਚ ਲੱਗੀ ਅਤੇ ਐਮਰਜੈਂਸੀ ਦੇ ਵਿਰੁੱਧ ਕਿਹਨੇ ਸੰਘਰਸ਼ ਕੀਤਾ ਅਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ, ਉਹ ਸਾਰੀਆਂ ਚੀਜ਼ਾਂ ਤੈਨੂੰ ਸਾਹਮਣੇ ਕਰਨੀਆਂ ਪੈਣਗੀਆਂ। ਨਾਲ ਹੀ ਅਸੀਂ ਸੈਂਸਰ ਬੋਰਡ ਨੂੰ ਕਹਿੰਦੇ ਹਾਂ ਕਿ ਸੈਂਸਰ ਬੋਰਡ ਵਾਲਿਓ, ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਉਹਨਾਂ ਨੂੰ ਇੱਕ ਸੈਪਰੇਟ ਚਿੱਠੀ ਵੀ ਲਿਖਣ ਲੱਗੇ ਹਾਂ ਅਕਾਲੀ ਦਲ ਵੱਲੋਂ, ਕਿ ਪੂਰਨ ਤੌਰ 'ਤੇ ਫਿਲਮ ਦੇਖ ਕੇ ਕਿ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰੋਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਰਲ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਅਤੇ ਕਿਸੇ ਵੀ ਕੀਮਤ 'ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਵਾਨ ਨਹੀਂ ਕਰਾਂਗੇ। ਇੱਕ ਕਾਫੀ ਦੇਰ ਦਾ ਮਸਲਾ ਚੱਲ ਰਿਹਾ ਜੀ, ਐਮਰਜੈਂਸੀ ਫਿਲਮ ਹੈ ਜਿਹੜੀ, ਉਹ ਐਮਰਜੈਂਸੀ ਫਿਲਮ 'ਚ ਇਤਰਾਜ਼ਯੋਗ ਕਮੈਂਟਸ ਨੇ ਸੰਤ ਜਰਨੈਲ ਸਿੰਘ ਉਹਨਾਂ ਬਾਰੇ ਅਤੇ ਸੰਤ ਭਿੰਡਰਿਆਂ ਵਾਲਿਆਂ ਵਾਲੇ ਅਤੇ ਸਿੱਖਾਂ ਬਾਰੇ। ਅਦਾਲਤਾਂ 'ਚ ਵੀ ਗਿਆ ਮਸਲਾ, ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਹੈ। ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜਿਸ਼ ਹੈ ਜਿਹੜੀ ਕੰਗਨਾ ਰਾਉਤ ਹੈ, ਉਹ ਵੈਸਟਡ ਇੰਟਰਸਟ ਜਿਹੜੀ ਐਂਟੀ ਸਿੱਖ ਫੋਰਸਿਸ ਨੇ, ਉਹਨਾਂ ਦੇ ਕਹਿਣ 'ਤੇ ਇਹ ਲੱਗੀ ਹੋਈ ਹੈ। ਐਮਰਜੈਂਸੀ ਕਿਹੋ ਜਿਹੀ ਚੀਜ਼ ਸੀਗੀ, ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹਲੇ ਨਾ ਤਾਂ ਉਹ ਡੇਰੇ ਦੇ ਮੁਖੀ ਬਣੇ ਸੀ, ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ, ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸੀਗੇ। ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ, ਉਸ ਤੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾਂ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ, ਮੈਂ ਸਮਝਦਾ ਇੱਕੋ ਕੰਮ ਕੰਗਨਾ ਰਣੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਅਤੇ ਟੈਰੋਰਿਸਟ ਦਿਖਾਇਆ ਜਾਵੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਖਾਲਿਸਤਾਨ ਨਹੀਂ ਦਿਖਾਇਆ ਜਾਵੇ। ਅਸਲੀਅਤ ਇਹ ਹੈ ਕਿ ਨਾ ਤਾਂ ਕੰਗਨਾ ਰਣੌਤ ਜੀ ਉਦੋਂ ਪੈਦਾ ਹੋਏ ਜਦ ਐਮਰਜੈਂਸੀ ਲੱਗੀ, ਨਾ ਉਹਨਾਂ ਨੂੰ ਤੱਥ ਆਪ ਪਤਾ ਨੇ। ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ, ਜਿਹੜੀਆਂ ਫੋਰਸਿਸ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਅਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਹ ਉਹਨਾਂ ਦੀ ਖੇਡ ਹੈ। ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ। ਸਰਕਾਰ ਨੇ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਜਦੋਂ ਇਲਾਹਾਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਅਤੇ ਉਹਨੂੰ ਕੁਰਸੀ ਹਿਲਦੀ ਲਗੀ, ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕੌਂਸਟੀਟਿਊਸ਼ਨ, ਜਿਹੜੀ ਅੱਜ ਕਾਂਗਰਸ ਕੌਂਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ, ਸਭ ਤੋਂ ਪਹਿਲਾਂ ਹਮਲਾ ਇੰਦਰਾ ਗਾਂਧੀ ਨੇ ਕੀਤਾ
ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ, ਤਿੰਨ ਸੀਨੀਅਰ ਮੋਸਟ ਪਿਊਨੀ ਜੱਜਿਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਏ ਐੱਨ ਰੇ ਨੂੰ ਚੀਫ ਜਸਟਿਸ ਬਣਾਇਆ। ਉਹ ਤੋਂ ਬਾਅਦ ਆ ਜਾਓ ਐਮਰਜੈਂਸੀ ਦੇ ਗੱਲ। ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ। ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਸੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ, ਦਿੱਲੀ 'ਚ ਸਾਨੂੰ ਕਰ ਦਿਓ, ਤੁਸੀਂ ਚੁੱਪ ਕਰਕੇ ਬੈਠੋ। ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜੱਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟ ਆਵਾਜ਼ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ, ਜਿਹਦੇ ਵਿੱਚ ਜਥੇਦਾਰ ਟੌੜਾ, ਤੋੜ ਸਾਹਿਬ, ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ। ਹੁਣ ਗੱਲ ਆ ਗਈ ਕਿ ਕੌਂਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਅਤੇ ਕੌਂਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ। ਜਿਨ੍ਹਾਂ ਨੇ ਕੌਂਸਟੀਟਿਊਸ਼ਨ ਨੂੰ ਬਚਾਉਣ ਲਈ ਇਹ 1 ਮਾਰਚ 1977 ਨੂੰ ਐਮਰਜੈਂਸੀ ਹਟੀ, ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ 'ਤੇ ਚੱਲਦਾ ਰਿਹਾ। ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ, ਅਡਵਾਨੀ ਜੀ ਰਹੇ, ਵਾਜਪੇਈ ਸਾਹਿਬ ਰਹੇ, ਜਾਰਜ ਫਰਨਾਂਡਿਸ ਵਰਗੇ ਰਹੇ, ਸੋਸ਼ਲਿਸਟ ਰਹੇ, ਹੋਰ ਦੂਸਰੇ ਰਹੇ, ਕਈ ਪਾਰਟੀਆਂ ਦੇ ਲੀਡਰ ਪਰੋਲ 'ਤੇ ਵੀ ਆਏ, ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ, ਪਰ ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜਿਹਨੇ ਕਿਹਾ ਕਿ ਇਹ ਮਨੁੱਖੀ ਹੱਕਾਂ ਦੇ ਅਧਿਕਾਰ 'ਤੇ ਛਾਪਾ, ਪ੍ਰੈਸ ਦੀ ਆਜ਼ਾਦੀ 'ਤੇ ਛਾਪਾ, ਬੋਲਣ ਦੇ ਅਧਿਕਾਰ 'ਤੇ ਛਾਪਾ, ਅਸੀਂ ਇਹ ਪ੍ਰਵਾਨ ਨਹੀਂ ਕਰਾਂਗੇ। ਪਰ ਅੱਜ ਅਫਸੋਸ ਹੈ, ਕੰਗਨਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੀ ਅਧੂਰੀ ਹੈ। ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ। ਪਰ ਅਫਸੋਸ, ਕੰਗਨਾ ਜੀ ਕੀ ਕਰਦੇ ਪਏ ਨੇ, ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤ ਹਰਚੰਦ ਸਿੰਘ। ਗੱਲ ਐਮਰਜੈਂਸੀ ਦੀ ਚੱਲ ਰਹੀ ਹੈ, ਉਹ ਖਾਲਿਸਤਾਨ ਬਣਾ ਰਹੀ ਹੈ। ਕਿਉਂ? ਸਿੱਖਾਂ ਨੂੰ ਐਂਟੀ ਨੈਸ਼ਨਲ ਪੇਂਟ ਕਰਨ ਲਈ। ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ, ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ, ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸਦੇ। ਮੈਂ ਰਾਤ ਵੀ ਕਿਹਾ, ਮੈਂ ਅੱਜ ਵੀ ਕਹਿੰਦਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਵੀ ਖਾਲਿਸਤਾਨ ਨਹੀਂ ਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਵਾਂਗੂ। ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ, ਅਨੰਦਪੁਰ ਦਾ ਮਤਾ ਸੀ। ਪਰ ਹਾਂ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਊ ਅਸੀਂ ਨਾ ਨਹੀਂ ਕਹਿੰਦੇ। ਪਰ ਕੰਗਨਾ ਰਣੌਤ ਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ, 2 ਮਿੰਟ 'ਤੇ ਤਕਰੀਬਨ 48 ਸੈਕਿੰਡ ਦਾ ਉਹ ਟ੍ਰੇਲਰ ਹੈ, 2 ਮਿੰਟ 'ਤੇ 30 ਸੈਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਤ ਜਰਨੈਲ ਸਿੰਘ, ਉਹਨਾਂ ਦੀ ਇੱਕ ਝੂਠੀ ਕਹਾਣੀ, ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ, ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ, ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ, ਅਤੇ ਫਿਰ ਕਾਂਗਰਸੀ ਸੰਤਾਂ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ, ਕਹਿੰਦੇ ਖਾਲਿਸਤਾਨ। ਉਦੋਂ ਬਾਅਦ ਉਹ ਟ੍ਰੇਲਰ ਵਿੱਚ ਦਗੜ ਕਰਕੇ 25 ਬੰਦਿਆਂ ਦੇ ਹੱਥ AK-47 ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾਇਆ। ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜਿਸ਼ ਦਾ ਹਿੱਸਾ ਹੈ, ਜਿਹੜੀ ਸਾਜਿਸ਼ ਪੰਜਾਬ ਨੂੰ ਬਦਨਾਮ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ,
ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ। ਕੋਈ ਵੀ ਐਮਰਜੈਂਸੀ ਦੀ ਫਿਲਮ ਜਿਹੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪ੍ਰਵਾਨ ਨਹੀਂ ਕਰੂਗਾ। ਜੇ ਕੋਈ ਵੀ ਮੋਰਚਾ ਪੀਸਫੁੱਲ ਰਿਹਾ ਸਾਰੇ 19 ਮਹੀਨੇ ਦੇ ਦੌਰਾਨ, ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਅਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨੇ। ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਅਕਾਲੀ ਦਲ ਨਾਲ, ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ। ਸੰਤ ਜਰਨੈਲ ਸਿੰਘ ਹੋਣੀ ਨੇ ਸੇਵਾ ਸੰਭਾਲੀ ਹੈ ਸੰਨ 77 ਜਾ ਕੇ ਸਤੰਬਰ 'ਚ, ਅਗਸਤ 'ਚ ਸੰਤ ਕਰਤਾਰ ਸਿੰਘ ਹੋਣੀ ਚੋਲਾ ਛੱਡ ਗਏ ਨੇ, 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ, ਸਤੰਬਰ 77 'ਚ ਉਹਨਾਂ ਨੇ ਸੇਵਾ ਸੰਭਾਲੀ ਹੈ। ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਹੋਣੀ ਪਬਲਿਕ ਡੋਮੇਨ 'ਚ ਆਏ ਜਾਂ ਲੋਕਾਂ 'ਚ ਉਹਨਾਂ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਿਰੰਕਾਰੀ ਕਲੈਸ਼ ਵੇਲੇ ਚੱਲਿਆ ਸੀ ਵਿਸਾਖੀ 78 'ਤੇ, ਅਤੇ ਇਹ ਬੀਬੀ ਕੰਗਨਾ ਰਣੌਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੈਂ ਉਹਨਾਂ ਦੀ ਕੀ ਬਾਤ ਹੋਈ ਹੈ। ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰ ਵਾਂਗੂ ਉੱਥੇ ਸੇਵਾ ਕਰ ਰਹੇ ਸੀਗੇ। ਦੂਸਰੀ ਗੱਲ ਕੀ, ਕੰਗਨਾ ਰਣੌਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜਬਰ ਸਹਿਣ ਲੱਗ ਪਿਆ ਅਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ, ਨਹੀਂ ਜ਼ਿਕਰ ਕੀਤਾ। ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਢੰਗ ਕੱਢੇ ਜਾਂਦੇ ਆ। ਕੱਲ੍ਹ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਕਿ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ। ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ, ਇਹ ਸਰਕਾਰਾਂ ਦਾ ਕੰਮ ਹੈ। ਅਸੀਂ ਇਸ ਚੀਜ਼ 'ਤੇ ਵੀ ਵੱਖ ਵਿਊ ਰੱਖਦੇ ਹਾਂ। ਜੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਨੂੰ ਉਮਰ ਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ, ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਉਲਟ ਫੈਸਲਾ ਦਿੰਦੀ ਹੈ। ਸਭ ਤੋਂ ਉੱਚਤਮ ਅਦਾਲਤ ਹੈ ਸੁਪਰੀਮ ਕੋਰਟ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸੁਖਾਵਾਂ ਹੈ, ਕਿਉਂਕਿ ਗੌਰਮੈਂਟ ਆਫ ਇੰਡੀਆ ਨੇ ਉੱਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜੋਆਣਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ। ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸੁਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ, ਅਤੇ ਬੰਬੇ ਹਾਈ ਕੋਰਟ ਕਹਿੰਦਾ ਕਿ ਤੁਸੀਂ ਲਾਅ ਐਂਡ ਆਰਡਰ ਨਹੀਂ ਦੇਖਣਾ। ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਟਰ ਉੱਠਿਆ, ਇੱਥੇ ਅਸਿਸਟੈਂਟ ਸੋਲਿਸਿਟਰ ਜਨਰਲ ਨੇ ਵੀ ਅਤੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਖਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇਵੇ ਜਿਹੜਾ ਕਿਸੇ ਕਮਿਊਨਿਟੀ ਨੂੰ ਚੋਟ ਪਹੁੰਚਾਵੇ। ਲੈ ਦੇ ਕੇ ਇਹ ਇੱਕ ਪੋਲੀਟੀਕਲ ਡਰਾਮਾ ਖੇਡਿਆ ਜਾ ਰਿਹਾ, ਅਤੇ ਇਹ ਜੇ ਕਹੋ ਕਿ ਇਹ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਹੈ 23 ਅਗਸਤ ਨੂੰ ਕਿ ਤੁਸੀਂ ਜਿਹੜੀ 6-9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖ਼ਤ ਇਤਰਾਜ਼ ਆ। ਆਹ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ, ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ। ਜਿਹੜੇ ਸੀਨ ਸਿੱਖਾਂ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟਰਾਈਟਲੀ ਰਿਜੈਕਟ ਕਰਦੇ ਹਾਂ। ਕੁਛ ਸਿੰਘ ਸਭਾਵਾਂ ਨੇ ਵੀ ਚਿੱਠੀਆਂ ਲਿਖੀਆਂ, ਬੰਬੇ ਦੀ ਵੀ ਗਈ, ਇੱਥੋਂ ਵੀ ਗਈ, ਹੋਰ ਵੀ ਗਈ। ਚਲੋ ਫੋਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ। ਹੁਣ ਕੱਲ੍ਹ ਪਰਸੋਂ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰ ਇਹ ਚੱਲ ਰਿਹਾ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ, ਕੰਗਨਾ ਰਣੌਤ ਨੇ 200 ਕਰੋੜ ਆਪਣਾ ਲਾ ਕੇ ਅਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਹੈ ਕਿ ਉਹਨੂੰ ਅਧਿਕਾਰ ਆ 200 ਕਰੋੜ ਲਾ ਕੇ ਉਹ ਹਿੰਦੁਸਤਾਨ ਨੂੰ ਦੀ ਅਮਨ ਅਤੇ ਸ਼ਾਂਤੀ ਨੂੰ ਅੱਗ ਲਾ ਦੇਵੇ।
ਤੱਥਾਂ ਦੇ ਆਧਾਰਿਤ ਹੋਵੇ, ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ। ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ, ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣਗੇ ਉਹ ਸੱਚ ਮੰਨ ਜਾਣਗੇ ਕੀ ਗੱਲ ਹੈ ਕਿ ਜੀ ਸੰਤ ਜਰਨੈਲ ਸਿੰਘ ਨੇ ਐਮਰਜੈਂਸੀ 'ਚ ਖਾਲਿਸਤਾਨ ਮੰਗਿਆ। ਸੰਤ ਜਰਨੈਲ ਸਿੰਘ ਉਦੋਂ ਕਿਤੇ ਹੈ ਵੀ ਨਹੀਂ ਸੀ। ਉਹ ਇਹ ਵੀ ਸਮਝਣਗੇ ਕਿ ਉਦੋਂ ਸਿੱਖਾਂ ਨੇ ਬੰਦੂਕਾਂ ਨਾਲ ਬੰਦੇ ਮਾਰਤੇ, ਐਮਰਜੈਂਸੀ ਦੌਰਾਨ ਇਹ ਕੁਛ ਨਹੀਂ ਹੋਇਆ। ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇਣ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਅਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਪੁਰਜ਼ੋਰ ਵਾਰਨਿੰਗ ਦਿੰਦੇ ਹਾਂ ਕਿ ਅੱਗ ਨਾਲ ਨਾ ਖੇਡੋ। ਭਾਵਨਾਵਾਂ ਨਾਲ ਕਈ ਦਫ਼ਾ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲਈਆਂ, ਇਹਨਾਂ ਦੇ ਰੀਪਰਕਸ਼ਨਸ ਲੰਬੇ ਹੁੰਦੇ ਨੇ। ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂ 'ਤੇ ਸੱਟ ਮਾਰੀ ਚੱਲੋ ਮਾਰੀ ਚੱਲੋ, ਇੱਕ ਦਿਨ ਇਹੋ ਜਿਹਾ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ। ਇਸ ਫਿਲਮ ਦਾ ਜਿਹੜਾ ਸੋਲਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ, ਉਹ ਇਹ ਲੱਗਦਾ ਕਿ ਸਿੱਖਾਂ ਦੇ ਗੱਲਾਂ ਮੂੰਹ 'ਚ ਦੋ ਗੱਲਾਂ ਪਾਉਣੀਆਂ, ਇੱਕ ਖਾਲਿਸਤਾਨ ਦੀ ਮੰਗ ਅਤੇ ਇੱਕ ਹੱਥ 'ਚ ਬੰਦੂਕ ਫੜੋ। ਸਿੱਖ ਬੰਦੂਕ ਫੜਦਾ ਜ਼ੁਲਮ ਦੇ ਵਿਰੁੱਧ, ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਜਦ ਜ਼ਬਰ ਅਤੇ ਜ਼ੁਲਮ ਹੁੰਦਾ। ਪਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਅਤੇ ਉਹ ਅੱਜ ਵੀ ਮੰਗ ਹੈ ਅਨੰਦਪੁਰ ਸਾਹਿਬ ਦਾ ਮਤਾ, ਸੂਬਿਆਂ ਨੂੰ ਵੱਧ ਅਧਿਕਾਰ, ਅਤੇ ਕੱਲ੍ਹ ਵੀ ਇਹੀ ਮੰਗ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹਦੀ ਗੱਲ ਹੈ। ਸੋ ਮੈਂ ਇਹ ਕੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਦਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ, ਬਲਦੀ 'ਚ ਫਿਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ, ਤੇਲ ਪਾਉਣ ਵਾਲੇ ਆਉਣਗੇ। ਹਿਸਟਰੀ ਪੜ੍ਹ, ਐਮਰਜੈਂਸੀ ਦੀ ਬੈਕਗਰਾਊਂਡ ਦੇਖ, ਐਮਰਜੈਂਸੀ ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇਖ। ਜੇ ਫਿਲਮ ਦਾ ਨਾਂ ਐਮਰਜੈਂਸੀ ਰੱਖਣਾ ਤਾਂ ਐਮਰਜੈਂਸੀ ਕਿਹੜੇ ਹਾਲਤਾਂ 'ਚ ਲੱਗੀ ਅਤੇ ਐਮਰਜੈਂਸੀ ਦੇ ਵਿਰੁੱਧ ਕਿਹਨੇ ਸੰਘਰਸ਼ ਕੀਤਾ ਅਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ, ਉਹ ਸਾਰੀਆਂ ਚੀਜ਼ਾਂ ਤੈਨੂੰ ਸਾਹਮਣੇ ਕਰਨੀਆਂ ਪੈਣਗੀਆਂ। ਜੇ ਨਾਲ ਹੀ ਅਸੀਂ ਸੈਂਸਰ ਬੋਰਡ ਨੂੰ ਕਹਿੰਦੇ ਹਾਂ ਕਿ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਉਹਨਾਂ ਨੂੰ ਇੱਕ ਸੈਪਰੇਟ ਚਿੱਠੀ ਵੀ ਲਿਖਣ ਲੱਗੇ ਹਾਂ ਅਕਾਲੀ ਦਲ ਵੱਲੋਂ ਕਿ ਪੂਰਨ ਤੌਰ 'ਤੇ ਫਿਲਮ ਦੇਖ ਕੇ ਕਿ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰੋਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਰਲ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਅਤੇ ਕਿਸੇ ਵੀ ਕੀਮਤ 'ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਵਾਨ ਨਹੀਂ ਕਰਾਂਗੇ। ਸੋ ਆਖਿਰ 'ਚ ਮੇਰੀ ਫਿਰ ਤੁਹਾਡੇ ਜ਼ਰੀਏ ਰਾਹੀਂ ਕੰਗਣਾ ਰਣੌਤ ਨੂੰ ਵੀ ਇਹ ਐਡਵਾਈਸ ਹੈ ਕਿ ਬੀਬਾ ਜਿਹੜੀ ਤੂੰ ਫਿਲਮ ਬਣਾਈ ਆ ਉਹ ਐਮਰਜੈਂਸੀ ਦਾ ਨਾਂ ਲਿਖ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ, ਉਹਨਾਂ ਨੂੰ ਨੀਵਾਂ ਦਿਖਾਉਣ ਦੀ, ਉਹਨਾਂ ਨੂੰ ਸੈਕਿੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ। ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੇ ਆਕਾ ਦੀ ਸੋਚ ਹੋ ਸਕਦੀ ਹੈ, ਅਸਲੀਅਤ ਇਹਦੇ ਉਲਟ ਹੈ। ਹਿਸਟਰੀ ਪੜ੍ਹ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਚੋਂ 2156 ਕੈਦੀ ਪੰਜਾਬ ਦੇ ਸੀ, 127 ਫਾਂਸੀ ਚੜ੍ਹਨ ਵਾਲਿਆਂ ਚੋਂ 96 ਪੰਜਾਬ ਦੇ ਸੀ ਅਤੇ ਸਿੱਖ ਸੀ। ਤੂੰ ਅੱਜ ਉਹਨਾਂ ਲੋਕਾਂ ਨੂੰ ਵੱਖਵਾਦੀ, ਖਾਲਿਸਤਾਨੀ, ਅੱਤਵਾਦੀ ਕਹਿ ਕੇ ਆਪਣੀਆਂ ਫਿਲਮਾਂ ਬਣਾਏਂਗੀ, ਇਹ ਫਿਲਮਾਂ ਕਦੇ ਪ੍ਰਵਾਨ ਨਹੀਂ ਹੋਣਗੀਆਂ। ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਅਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ
ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲਏ ਬਿਨਾਂ ਕਿ ਇਹਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਨੂੰ ਹਰਟ ਕਰਨ ਵਾਲੀ ਗੱਲ ਨਹੀਂ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇ ਗਈ। ਜੇ ਇਹਨਾਂ ਨੇ ਰਿਲੀ ਮਿਲੀ ਭੁਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈਕੋਰਟ 'ਚ ਕਦੇ, ਜਦ ਵੱਖ ਵੱਖ ਹਾਈਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈਕੋਰਟਾਂ ਨੂੰ ਕਹਿ ਦਿੰਦੀ ਆ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ, ਅਸੀਂ ਕੇਸ ਬੁਲਾ ਲਿਆ, ਪਰ ਇਹਦੇ ਸੁਪਰੀਮ ਕੋਰਟ ਨੇ ਨਹੀਂ ਬੁਲਾਇਆ। ਹਰਿਆਣੇ 'ਚ ਵੀ ਪਟੀਸ਼ਨ ਚੱਲੀ, ਮਹਾਰਾਸ਼ਟਰ 'ਚ ਵੀ ਚੱਲੀ, ਜਦ ਦੂਸਰੇ ਕੇਸਾਂ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਹਾਈ ਸਟੇਟ ਹਾਈਕੋਰਟ ਐਂਟਰਟੇਨ ਨਹੀਂ ਕਰੂ, ਸੁਪਰੀਮ ਕੋਰਟ ਦੇ ਨੋਟਿਸ ਲਿਆਂਦਾ ਜਾਵੇ। ਸੋ ਸਾਡੇ ਲਈ ਕਾਨੂੰਨ ਵੀ ਵੱਖ, ਸਾਡੇ ਲਈ ਸੋਚ ਵੀ ਵੱਖ, ਸਾਡੇ ਲਈ ਅਪਰੋਚ ਵੀ ਵੱਖ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪ੍ਰਵਾਨ ਨਹੀਂ ਕਰੂ। ਜਨਰਲ ਸਾਹਿਬ, ਹਾਂਜੀ, ਇਹਦੇ ਪਿੱਛੇ ਕੋਈ ਸਿਆਸੀ ਵੀ ਪਾਰਟੀਆਂ ਦਾ ਹੱਥ ਹੈ? ਹੋਰ ਕਿਹਦਾ ਹੱਥ ਹੈ? ਨਾ ਤਾਂ ਤੁਸੀਂ ਹੁਣ ਜਿਹਨਾਂ ਦੇ ਘੋੜੇ ਤੇ ਚੜੀ ਫਿਰਦੀ ਆ ਹੋਰ ਕੌਣ ਹੁੰਦਾ? ਕੋਈ ਐਕਸ਼ਨ ਲਿਆ ਤੁਸੀਂ ਹੁਣ? ਨਹੀਂ ਨਹੀਂ, ਉਹਨਾਂ ਗੱਲ ਮੈਨੂੰ ਦੱਸੋ, ਜੇ ਪਾਰਟੀ ਦੇ ਸੋਚ ਦੇ ਵਿਰੁੱਧ ਹੋ ਰਿਹਾ, ਦੋ ਲੀਡਰ ਕਹਿ ਰਹੇ ਆ ਕਿ ਜੋ ਕਹਿ ਰਹੀ ਆ ਪਾਰਟੀ ਦੀ ਸੋਚ ਨਹੀਂ ਗੀ, ਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ? ਪਾਰਟੀ ਨੇ ਫਿਲਮ ਨਹੀਂ ਦੇਖੀ? ਪਾਰਟੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸਮੁੱਚਾ ਅਕਾਲੀ ਦਲ ਜੇਲ੍ਹਾਂ 'ਚ ਬੈਠਾ 19 ਮਹੀਨੇ ਐਮਰਜੈਂਸੀ ਵੇਲੇ, ਉਹਨਾਂ ਦਾ ਜ਼ਿਕਰ ਤੱਕ ਵੀ ਨਾ ਫਿਲਮ 'ਚ ਹੋਵੇ। ਅਤੇ ਸੰਤ ਜਰਨੈਲ ਸਿੰਘ ਨੂੰ ਉੱਥੇ ਕਿ ਹੀਰੋ ਨਹੀਂ ਐਂਟੀ ਨੈਸ਼ਨਲ ਦਿਖਾ ਕੇ ਪੇਸ਼ ਕਰਨਾ, ਜਦਕਿ 1975 'ਚ ਕਿਸੇ ਵੀ ਸੀਟ 'ਤੇ ਸੰਤ ਜਰਨੈਲ ਸਿੰਘ ਹੋਣੀ ਨਹੀਂ ਸੀਗੇ। ਇਸ ਤੋਂ ਪਹਿਲਾਂ ਵੀ ਕਈ ਪਿਕਚਰਾਂ ਆ ਸਕੀਆਂ ਨੇ ਜਿਹਨਾਂ ਵਿੱਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ, ਹੁਣ ਮਤਲਬ ਉਹ ਚੱਲ ਗਈਆਂ, ਉਹਨਾਂ ਦਾ ਮਤਲਬ ਨਹੀਂ ਹੋਣਾ? ਦੇਖੋ, ਅਸੀਂ ਜਿੱਥੇ ਵੀ ਮਿਨੋਰਟੀਜ਼ ਨਾਲ ਧੱਕਾ ਹੁੰਦਾ ਉੱਥੇ ਅਸੀਂ ਨਾਲ ਖੜ੍ਹਦੇ ਹਾਂ, ਪਰ ਜਿਹਦੇ ਸੱਟ ਵੱਜਦੀ ਹੈ ਪਹਿਲ ਤਾਂ ਉਹਨਾਂ ਨੂੰ ਕਰਨੀ ਪਊ ਨਾ ਜੀ। ਮੁਸਲਮਾਨ ਲੜਾਈ ਲੜਨ ਅਸੀਂ ਖੜਾਂਗੇ ਨਾਲ, ਪਰ ਅਸੀਂ ਹੁਣ ਇੰਨੇ ਵੀ ਹੈ ਨਹੀਂ ਗਏ ਵੀ ਹਰ ਦੀ ਲੜਾਈ ਆਪਣੇ ਗੱਲ ਪਾਈ ਚੱਲੀਏ। ਅੱਜ ਤਾਂ ਜਿੰਨੇ ਸਾਡੇ 'ਤੇ ਹਮਲੇ ਹੋ ਰਹੇ ਹਰ ਪਾਸਿਓਂ, ਅਸੀਂ ਤਾਂ ਆਪਣੇ ਆਪ ਨੂੰ ਅੱਜ ਬਚਾਉਣ 'ਤੇ ਲੱਗੇ ਹੋਏ ਹਾਂ। ਮਤਲਬ ਜੀ, ਜੇ ਕਿਤੇ ਉਹ ਹਾਈਕੋਰਟ ਵੱਲੋਂ ਉਹਨੂੰ ਝੰਡੀ ਮਿਲਦੀ ਆ ਪੰਜਾਬ 'ਚ, ਮਤਲਬ ਪਿੱਚ ਲੱਗਦੀ ਆ, ਤੁਸੀਂ ਇਹਦਾ ਮਤਲਬ? ਦੇਖੋ, ਮੈਂ ਤੁਹਾਨੂੰ ਸਰ ਗੁਰਦੇਵ ਸਿੰਘ ਜੀ ਇੱਕ ਗੱਲ ਦੱਸ ਦਿੰਦਾ, ਸਮਾਂ ਲੱਗ ਜਾਂਦਾ ਹੁੰਦਾ, ਭਾਵਨਾਵਾਂ ਦੱਬੀਆਂ ਨਹੀਂ ਜਾਂਦੀਆਂ ਹੁੰਦੀਆਂ। ਇਹ ਜੇ ਇਹ ਸੋਚੀ ਹੋਈ ਬੈਠੇ ਆਕ ਇਹਨਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਰਹਿਣ ਦੇਣਾ ਤਾਂ ਉਹਨਾਂ ਦੀ ਮਰਜ਼ੀ ਹੋਵੇ। ਸਾਨੂੰ ਤਾਂ ਅੱਜ ਤੱਕ ਅਦਾਲਤਾਂ ਤੋਂ ਵੀ ਇਨਸਾਫ਼ ਨਹੀਂ ਮਿਲਿਆ, ਸੱਚ ਇਹ ਹੈ। ਸਰਦਾਰ ਕੇਹਰ ਸਿੰਘ ਦੀ ਮਰਸੀ ਪਟੀਸ਼ਨ 7 ਦਿਨ 'ਚ ਡਿਸਾਈਡ ਹੋ ਕੇ ਫਾਂਸੀ ਲੱਗ ਗਿਆ ਸੀ, ਇੰਦਰਾ ਗਾਂਧੀ ਮਰਡਰ ਕੇਸ 7 ਦਿਨ 'ਚ ਮਰਸੀ ਪਟੀਸ਼ਨ ਵੀ ਡਿਸਾਈਡ ਹੋ ਗਈ। ਭਾਈ ਬਲਵੰਤ ਸਿੰਘ ਰਾਜਵਾਣੇ ਨੇ ਵੀ 12 ਸਾਲ 'ਚ ਡਿਸਾਈਡ ਨਹੀਂ ਹੋਈ। ਦੱਸਣ ਤਾਂ ਸਹੀ ਨਾ ਕਿ ਇਹ ਕਾਨੂੰਨ ਕੀ ਨੇ, ਤੁਸੀਂ ਮਿਲਣਾ ਤਾਂ ਜਾ ਗੱਲ ਸੁਣੋ, ਸੁੱਤੇ ਨੂੰ ਜਗਾਉਣਾ ਹੁੰਦਾ, ਜਾਗੇ ਨੂੰ ਵੀ ਜਗਾਉਣਾ। ਚਿੱਠੀ ਪਾਰਟੀ ਵੱਲੋਂ ਅੱਜ ਹੀ ਪਾ ਰਹੇ ਆ ਮਿਨਿਸਟਰ ਨੂੰ ਵੀ, ਇਹਨਾਂ ਨੂੰ ਵੀ, ਆਹ ਮੀਡੀਆ ਸਭ ਤੋਂ ਵੱਧ ਹੁੰਦਾ, ਉਹਨਾਂ ਨੇ ਵੀ ਮੀਡੀਆ ਰਾਹੀਂ ਦੱਸਿਆ, ਜਾ ਕੇ ਭੀਖ ਮੰਗਣੀ ਹੈ, ਹੱਕਾਂ ਲਈ ਲੜਾਂਗੇ, ਮੰਗਣ ਨਹੀਂ ਕਦੇ ਜਾਣਾ, ਕੁਛ ਨਾ ਮੰਗਿਆ ਮਿਲਦਾ। ਨਹੀਂ ਮਰਨਾ, ਅਸੀਂ ਕਿਉਂ ਮਰਨਾਗੇ? ਅਸੀਂ ਹੁਣ ਮੈਨੂੰ ਗੱਲ ਦੱਸੋ, ਫਿਰ ਜੇ ਅਸੀਂ ਮਰਨ ਵਰਤ, ਮੈਂ ਇੱਕ ਦੱਸਾਂ ਨਾ ਜੀ, ਨਹੀਂ ਮੈਂ ਸਰਦਾਰ ਸਾਹਿਬ ਇੱਕ ਗੱਲ ਦੱਸਾਂ, ਚਲੋ ਲੀਡਰ ਰੱਖ ਦੇ ਰਹੇ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ,
ਅੰਨ ਛੋਟ ਕਰੇ ਪਖੰਡ ਨਾ ਸੁਹਾਗਣ ਨਾ ਰੰਗ ਗੁਰਬਾਣੀ ਵਰਤਦੇ ਹੱਕ ਚ ਨੀ ਗਏ। ਚਲੋ ਰੱਖ ਲਿਓ ਉਸ ਵੇਲੇ ਦੀ ਲੀਡਰਸ਼ਿਪ ਦੀ ਬਾਤ, ਇਹ ਪਾਰਟੀ ਫੈਸਲਾ ਕਰੂ ਜੀ। ਜਿੰਨਾ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਇਹਨੂੰ ਜਿਹੜੀ ਪਿਕਚਰ ਦਿਖਾ ਕੇ ਐਮ, ਦੇਖੋ ਦੋ ਗੱਲਾਂ ਨੇ ਇਹਦੇ 'ਚ, ਮੈਂ ਜਿਹੜੀਆਂ ਫਿਰ ਦੁਹਰਾਉਂਦਾ, ਪਹਿਲੀ ਸਿੱਖਾਂ ਨੂੰ ਬਦਨਾਮ ਕਰਨ ਲਈ ਹੈ। ਬਦਨਾਮ ਇਸ ਤਰ੍ਹਾਂ ਕਿ ਨੌਜਵਾਨਾਂ ਦੇ ਹੱਥੇ ਬੰਦੂਕਾਂ ਫੜਾ ਕੇ ਗੋਲੀਆਂ ਚਲਾਉਂਦੇ ਦਿਖਾ ਕੇ, ਅਤੇ ਸੱਜ ਜਰਨੈਲ ਸਿੰਘ ਉਹਨਾਂ ਦੇ ਮੂੰਹੋਂ ਖਾਲਿਸਤਾਨ ਕਹਾ ਕੇ। ਦੂਸਰਾ ਜਿਹੜਾ ਵੱਡਾ ਇਹਦੇ 'ਚ ਗੱਲ ਹੈ, ਹਿਸਟਰੀ ਨੂੰ ਡਿਸਟੋਰਟ ਕਰ ਰਹੇ ਆ, ਹਿਸਟਰੀ ਨੂੰ। ਜਿਹੜੇ ਬੰਦੇ ਇਸ ਫਿਲਮ ਨੂੰ ਦੇਖਣਗੇ, ਅੱਜ ਫਿਲਮਾਂ ਦਾ ਜ਼ਮਾਨਾ ਹੈਗਾ, ਜਿਹੜੀ ਇਹ ਜਨਰੇਸ਼ਨ ਆ, ਉਹਨਾਂ ਨੇ ਕਹਿਣਾ ਕੰਗਣਾ ਰਣੌਤ ਜੀ ਦਿਖਾਇਆ ਕਿ ਜਦ ਐਮਰਜੈਂਸੀ ਲੱਗੀ ਤਾਂ ਸਿੱਖ ਤਾਂ ਸੌਂ ਹੀ ਗਏ। ਜਦ ਕਿ ਮੋਰਚਾ ਇਕੱਲਾ ਅਤੇ ਇਕੱਲਾ ਅਕਾਲੀ ਦਲ ਨੇ ਲਾਇਆ ਸੀ, ਦੂਸਰੇ ਲੀਡਰਸ਼ਿਪ ਨੂੰ ਅਰੈਸਟ ਕੀਤਾ ਸੀ, ਅਸੀਂ ਵਲੈਂਟਰਲੀ ਕੀਤਾ ਸੀ। 25 ਜੂਨ 1975 ਨੂੰ ਐਮਰਜੈਂਸੀ ਲੱਗੀ ਹੈ ਅਤੇ 7 ਜੁਲਾਈ ਨੂੰ ਪਹਿਲਾ ਜੱਥਾ ਅਕਾਲੀ ਦਲ ਦਾ ਗਿਆ। ਸਾਨੂੰ 12 ਦਿਨ ਕਿਸੇ ਨੇ ਹੱਥ ਨਹੀਂ ਲਾਇਆ, ਖੁੱਲ੍ਹੇ ਫਿਰਦੇ ਸੀ। ਉਹਨਾਂ ਨੂੰ ਘਰਾਂ ਸੁੱਤਿਆਂ ਪਿਆਂ ਨੂੰ ਚੱਕ ਲਿਆ ਸੀ। ਸਾਨੂੰ ਬੀਬੀ ਇੰਦਰਾ ਕਹਿੰਦੀ ਸੀ ਪੰਜਾਬ 'ਚ ਰਾਜ ਕਰ ਲਓ, ਦਿੱਲੀ 'ਚ ਮੈਨੂੰ ਕਰਨ ਦਿਓ, ਸਮਝੌਤਾ ਕਰ ਲਓ ਫੋਰ ਆਲ ਟਾਈਮਸ ਟੂ ਕੰਮ। ਪਾਵਰ ਨੂੰ ਲੱਤ ਮਾਰੀ ਸੀ, ਸਿਧਾਂਤ ਨਾਲ ਖੜੇ ਸੀਗੇ, ਲੋਕਾਂ ਦੇ ਹੱਕਾਂ 'ਤੇ ਡਾਕੇ ਨਹੀਂ ਪੈਣ ਦਿਆਂਗੇ। ਅੱਜ ਵੀ ਉੱਥੇ ਹੀ ਖੜੇ ਹਾਂ। ਸਮੇਂ ਨਾਲ ਤਰੀਕੇ ਬਦਲ ਜਾਂਦੇ ਹੁੰਦੇ ਆ ਪ੍ਰੋਟੈਸਟ ਦੇ, ਕਿਉਂਕਿ ਕੋਈ ਮੈਨੂੰ ਝਿਜਕ ਨਹੀਂ ਇਹ ਗੱਲ ਕਹਿਣ ਨੂੰ। ਹੁਣ ਉਹ ਲੋਕ ਕੁਰਬਾਨੀ ਵਾਲੇ ਜਿਹੜੇ ਜੇਲ੍ਹਾਂ 'ਚ ਜਾਣ ਉਹ ਘੱਟ ਗਏ, ਹੁਣ ਡਿਫਰੈਂਟ ਤਰ੍ਹਾਂ ਦੇ ਪ੍ਰੋਟੈਸਟ ਆ, ਪਰ ਹੋਣਗੇ, ਮੈਸੇਜ ਆਊਗਾ। ਸਰ ਤੁਸੀਂ ਪੈਸਿਆਂ ਦਾ ਜ਼ਿਕਰ ਕੀਤਾ ਕਿ ਉਹ ਕਹਿੰਦੇ ਕਿ ਪੈਸੇ ਲੱਗੇ, ਰਾਤ ਇੱਕ ਚੈਨਲ 'ਤੇ ਇਹ ਵੀ ਕਿਹਾ ਗਿਆ ਨਾ ਜੀ ਇੱਕ ਬੰਦੇ ਵੱਲੋਂ ਕਿ ਉਹਨੇ ਜੀ 200 ਕਰੋੜ ਖਰਚਦਾ, 200 ਕਰੋੜ ਆ ਗਏ, ਉਹਨੂੰ ਤੀਲੀ ਫੜਾ ਦਿਓ ਕਿ ਹਿੰਦੁਸਤਾਨ ਨੂੰ ਫੂਕ ਦੇ ਦੇ ਦੋਗੇ। ਗਿਰਵਰ ਸਾਹਿਬ, ਜਿਹੜਾ ਤੁਹਾਡਾ ਬਿਆਨ ਚੱਕ ਲਿਆ, ਜੇਲ੍ਹ ਜਾਣ ਦੀ ਜਿਹੜੀ ਨੌਬਤ ਖੂਨ, ਜੇਲ੍ਹ ਜਾਣ ਤੋਂ ਲੋਕ ਤਿਆਰ ਨਹੀਂ, ਕੈਨੇਡਾ ਦੇ ਡਰਦੇ ਮਾਰੇ। ਮੈਂ ਸਾਫ਼ ਕਹਿੰਦਾ ਮੀਡੀਆ 'ਚ ਕਿ ਮੇਰਾ ਪਾਸਪੋਰਟ ਕੱਟਿਆ ਜਾਊ, ਤੂੰ ਵੀ ਨਹੀਂ ਜਾਣ ਨੂੰ ਤਿਆਰ। ਅੱਗੇ ਪੱਤਰਕਾਰ ਵੀ ਜਾਂਦੇ ਸੀ, ਅੱਗੇ ਕੁਲਦੀਪ ਨੇ ਉਹ ਪੁਰਾਣੀ ਗੱਲ ਹੈ, ਮੈਂ ਮੇਰੀ ਗੱਲ ਸੁਣ ਲਾ ਕਾਕਾ, ਤੈਨੂੰ ਮੈਂ ਦੱਸ ਦਿੰਦਾ, ਜੇ ਸਮਾਂ ਆਏ ਜਾ ਥੋੜ੍ਹੀ ਜਿਹੀ ਤੁਹਾਡੇ 'ਚ ਕੁਰਬਾਨੀ ਆ ਗਈ ਕਿ ਜੇ ਆ ਹੁਣ ਤੁਸੀਂ ਜੇ ਲਾ ਦਿੰਦੇ ਮਾਣ ਵਾਲੀ ਗੱਲ, ਫਿਰ ਤਾਂ ਤੂੰ ਕਹਿੰਦਾ ਵੀ ਚੰਗਾ ਲੱਗਦਾ ਸੀ। ਤੁਸੀਂ ਤਾਂ ਆਪ ਡਰਨ ਵਾਲੇ ਹੋ, ਕਿਸੇ ਨੇ ਮਾਣ ਡਿੱਗੇ ਦੀ ਖਬਰ ਨਹੀਂ ਲਾਈ, ਦੱਸੋ। ਇਹ ਤਾਂ ਬਿਕਰ ਸਿੰਘ ਮਜੀਠੀਆ ਨੇ ਕਿਰਪਾ ਕਰਤੀ ਦੱਸਤਾ, ਨਹੀਂ ਤਾਂ ਗੱਲ ਹੀ ਲੋਕ ਨਹੀਂ ਸੀਗੀ, ਸਾਰੇ ਅਖਬਾਰ ਚੁੱਪ ਕਰ ਗਏ। ਇਹ ਤਾਂ ਤਕੜੇ ਹੋ ਪਹਿਲਾਂ ਤੁਸੀਂ, ਅਸੀਂ ਨਾਲ ਹੀ ਤਕੜੇ ਹਾਂ, ਸਾਡੇ ਕੁੱਟ ਪਈ ਚੱਲੇ, ਤੁਸੀਂ ਅਖਬਾਰਾਂ 'ਚ ਵੀ ਨਾ ਦੇਖੋ, ਫਿਰ ਕੀ ਫਾਇਦੀ ਤੇ ਖਾਧੀ ਤੇ ਸਰ। ਚਲੋ ਮਿਹਰਬਾਨੀ।